ਕਿਸੇ ਨਗਰ ਦੇ ਵਿੱਚ ਇੱਕ ਵਿਧਵਾ ਔਰਤ ਆਪਣੇ 6-7 ਸਾਲ ਦੇ ਬੇਟੇ ਨਸੀਬ ਚੰਦ ਦੇ ਨਾਲ ਰਹਿੰਦੀ। ਉਹਦਾ ਪਤੀ ਇਸ ਬੱਚੇ ਦੇ ਜਨਮ ਵੇਲੇ ਹੀ ਗੁਜ਼ਰ ਗਿਆ ਸੀ। ਘਰ ਦੇ ਵਿੱਚ ਅੱਤ ਦੀ ਗਰੀਬੀ, ਭੋਜਨ ਖਾਣ ਨੂੰ ਤਾਂ ਕੀ, ਭੋਜਨ ਬਣਾਉਣ ਤੇ ਖਾਣ ਲਈ ਉਹਨਾਂ ਕੋਲ ਚੱਜ ਦੇ ਭਾਂਡੇ ਵੀ ਨਹੀਂ ਸਨ। ਪਰ ਉਹ ਸਬਰ ਸੰਤੋਖ ਦੇ ਨਾਲ ਆਪਣੀ ਜ਼ਿੰਦਗੀ ਕੱਟ ਰਹੇ ਸੀ। ਨਸੀਬ ਚੰਦ ਸੀ ਤਾਂ ਅਜੇ ਛੋਟਾ, ਪਰ ਹਰ ਗੱਲ ਨੂੰ ਡੂੰਘਾਈ ਵਿੱਚ ਸੋਚਣ ਸਮਝਣ ਦੀ ਉਹਨੂੰ ਬੜੀ ਉਤਸੁਕਤਾ ਰਹਿੰਦੀ ਸੀ। ਹਰ ਗੱਲ ਦੀ ਡੂੰਘਾਈ ਤੱਕ ਜਾਂਦਾ, ਉਹਨੂੰ ਸਮਝਦਾ, ਕਿਉਂਕਿ ਉਹਦੀ ਬੁੱਧੀ ਬਹੁਤ ਤੇਜ਼ ਸੀ। ਕਈ ਵਾਰੀ ਉਹਨਾਂ ਨੂੰ ਰੋਟੀ ਮਿਲ ਜਾਂਦੀ, ਕਈ ਵਾਰੀ ਨਾ ਵੀ ਮਿਲਦੀ। ਇੱਕ ਦਿਨ ਨਸੀਬ ਰਾਮ ਆਪਣੀ ਮਾਂ ਦੇ ਕੋਲ ਆਇਆ ਤੇ ਕਹਿਣ ਲੱਗਾ, ਮਾਂ ਅਸੀਂ ਇੰਨੇ ਗਰੀਬ ਕਿਉਂ ਹਾਂ? ਤਾਂ ਉਹਦੀ ਮਾਂ ਕਹਿਣ ਲੱਗੀ, ਪੁੱਤ ਇਹ ਤਾਂ ਈਸ਼ਵਰ ਦੀ ਮਰਜ਼ੀ ਆ। ਬੱਚਾ ਕਹਿਣ ਲੱਗਾ, ਈਸ਼ਵਰ ਦੀ ਮਰਜ਼ੀ ਕਿਉਂ ਆ, ਕਿਉਂ ਉਹਨੇ ਸਾਨੂੰ ਗਰੀਬ ਬਣਾਇਆ? ਤਾਂ ਉਹਦੀ ਮਾਂ ਕਹਿਣ ਲੱਗੀ, ਇਹ ਤਾਂ ਈਸ਼ਵਰ ਹੀ ਦੱਸ ਸਕਦੇ ਆ, ਮੈਂ ਤੈਨੂੰ ਕਿੱਦਾਂ ਦੱਸ ਸਕਦੀ ਹਾਂ? ਉਹ ਬੱਚਾ ਕਹਿਣ ਲੱਗਾ, ਠੀਕ ਆ, ਫਿਰ ਮੈਂ ਈਸ਼ਵਰ ਤੋਂ ਹੀ ਪੁੱਛਾਂਗਾ। ਉਹਨੇ ਕਿਸੇ ਨੂੰ ਪੁੱਛਿਆ ਕਿ ਈਸ਼ਵਰ ਕੌਣ ਆ, ਤਾਂ ਉਹਨਾਂ ਨੇ ਕਿਹਾ, ਬਾਬਾ ਬਾਲਕ ਨਾਥ ਜੀ, ਅਸੀਂ ਉਹਨਾਂ ਨੂੰ ਮੰਨਦੇ ਹਾਂ, ਉਹਨਾਂ ਨੂੰ ਹੀ ਆਪਣਾ ਈਸ਼ਵਰ, ਇਸ਼ਟ ਸਭ ਕੁਛ ਸਮਝਦੇ ਹਾਂ। ਉਹ ਬੱਚੇ ਨੇ ਵੀ ਸੋਚਿਆ ਕਿ ਸ਼ਾਇਦ ਬਾਬਾ ਬਾਲਕ ਨਾਥ ਜੀ ਹੀ ਪਰਮ ਪਿਤਾ ਪਰਮੇਸ਼ਵਰ ਆ। ਹੁਣ ਉਹ ਬਾਬਾ ਬਾਲਕ ਨਾਥ ਜੀ ਨੂੰ ਲੱਭਦਾ ਲੱਭਦਾ ਜੰਗਲ ਵੱਲੋਂ ਨਿਕਲ ਗਿਆ। ਜੰਗਲ ਵਿੱਚ ਜਾ ਕੇ ਉਹ ਪਰਮਾਤਮਾ ਨੂੰ ਲੱਭਦਾ ਰਿਹਾ, ਪਰ ਉਹਨੂੰ ਨਾ ਲੱਭੇ। ਸ਼ਾਮ ਦਾ ਵਕਤ ਹੋ ਗਿਆ, ਉਹ ਥੱਕ ਕੇ ਇੱਕ ਪੱਥਰ ਤੇ ਬੈਠ ਗਿਆ। ਉਧਰੋਂ ਬਾਬਾ ਬਾਲਕ ਨਾਥ ਜੀ ਹੋਰ ਦੇਵੀ ਦੇਵਤਿਆਂ ਦੇ ਨਾਲ ਉਸ ਜੰਗਲ ਵਿੱਚ ਨਿਕਲ ਆਏ। ਚਲਦੇ ਚਲਦੇ ਇੱਕ ਦੇਵਤੇ ਦੀ ਨਿਗਾਹ ਨਸੀਬ ਰਾਮ ਤੇ ਪਈ, ਤਾਂ ਉਹ ਚੌਂਕ ਗਿਆ ਕਿ ਇਸ ਭਿਆਨਕ ਜੰਗਲ ਦੇ ਵਿੱਚ ਇਹ ਬੱਚਾ ਕੀ ਕਰ ਰਿਹਾ। ਉਹਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ, ਉਹ ਦੇਖੋ ਸਾਹਮਣੇ ਇੱਕ ਬੱਚਾ ਬੈਠਾ ਆ। ਸਾਰੇ ਹੀ ਉਹਨਾਂ ਦੇ ਕੋਲ ਚਲੇ ਗਏ। ਜਾ ਕੇ ਬਾਬਾ ਜੀ ਨੇ ਪੁੱਛਿਆ ਕਿ ਬੇਟਾ ਤੂੰ ਕੌਣ ਆ ਤੇ ਇੱਥੇ ਕਿਉਂ ਬੈਠਾ? ਉਹ ਕਹਿਣ ਲੱਗਾ, ਜੀ ਮੇਰਾ ਨਾਮ ਨਸੀਬ ਚੰਦ ਆ ਤੇ ਮੈਂ ਪਰਮਾਤਮਾ ਨੂੰ ਲੱਭ ਰਿਹਾ। ਇਹ ਸੁਣ ਕੇ ਕਈ ਦੇਵਤੇ ਹੈਰਾਨ ਹੋ ਗਏ ਤੇ ਪੁੱਛਣ ਲੱਗੇ, ਬੇਟਾ ਤੂੰ ਪਰਮਾਤਮਾ ਨੂੰ ਕਿਉਂ ਲੱਭ ਰਿਹਾ? ਤਾਂ ਉਹ ਕਹਿਣ ਲੱਗਾ ਕਿ ਮੈਂ ਪਰਮਾਤਮਾ ਨੂੰ ਪੁੱਛਣਾ ਚਾਹੁੰਦਾ ਕਿ ਸਾਨੂੰ ਇੰਨਾ ਗਰੀਬ ਕਿਉਂ ਬਣਾਇਆ, ਸਾਡੀ ਕਿਸਮਤ ਸਾਡੇ ਭਾਗ ਦੇ ਵਿੱਚ ਗਰੀਬੀ ਕਿਉਂ ਲਿਖੀ, ਸਾਨੂੰ ਹੋਰਾਂ ਮੀਰਾਂ ਵਰਗਾ ਅਮੀਰ ਕਿਉਂ ਨਹੀਂ ਬਣਾਇਆ? ਬੱਚੇ ਦੀਆਂ ਸਾਹਸ ਭਰੀਆਂ ਗੱਲਾਂ ਸੁਣ ਕੇ ਸਾਰੇ ਹੀ ਬੜੇ ਹੈਰਾਨ ਹੋਏ। ਕਈ ਦੇਵਤਿਆਂ ਨੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਕੁਝ ਨਾ ਕੁਝ ਜ਼ਰੂਰ ਦਿਓ। ਤਾਂ ਬਾਬਾ ਜੀ ਕਹਿਣ ਲੱਗੇ, ਨਹੀਂ, ਅਸੀਂ ਇਹਨੂੰ ਕੁਝ ਨਹੀਂ ਦੇ ਸਕਦੇ। ਜੋ ਇਹਦੀ ਕਿਸਮਤ ਵਿੱਚ ਲਿਖਿਆ, ਇਹਨੂੰ ਇਸੇ ਤਰ੍ਹਾਂ ਦੀ ਹੀ ਜ਼ਿੰਦਗੀ ਭੁਗਤਣੀ ਪਵੇਗੀ। ਪਰ ਕਈ ਦੇਵਤਿਆਂ ਨੇ ਹੱਠ ਕੀਤਾ ਕਿ ਬਾਬਾ ਜੀ, ਤੁਸੀਂ ਇਹਨੂੰ ਕੁਝ ਨਾ ਕੁਝ ਜ਼ਰੂਰ ਦਿਓ, ਜ਼ਰੂਰ ਦਿਓ। ਤਾਂ ਬਾਬਾ ਜੀ ਕਹਿਣ ਲੱਗੇ, ਅਸੀਂ ਵਿਧਾਤਾ ਦੇ ਕੰਮਾਂ ਵਿੱਚ ਹਸਤਕਸ਼ੇਪ ਨਹੀਂ ਕਰਦੇ। ਜਿੱਦਾਂ ਦੀ ਜ਼ਿੰਦਗੀ ਭਾਗੇ ਦੇਵਤਾ ਚਾਹੁੰਦੇ ਆ, ਇਹਨੂੰ ਉਸੇ ਤਰ੍ਹਾਂ ਦੀ ਹੀ ਜ਼ਿੰਦਗੀ ਭੋਗਣੀ ਚਾਹੀਦੀ ਆ। ਜੇ ਅਸੀਂ ਇਹਨੂੰ ਕੁਝ ਦਿੱਤਾ ਤਾਂ ਉਹ ਇਹਦੇ ਕੋਲ ਨਹੀਂ ਰੁਕੇਗਾ। ਪਰ ਕਈ ਦੇਵਤਿਆਂ ਦੇ ਹੱਥ 'ਤੇ ਬਾਬਾ ਜੀ ਨੇ ਉਹਨੂੰ ਇੱਕ
ਹੀਰਿਆਂ ਦਾ ਹਾਰ ਦੇ ਦਿੱਤਾ। ਹੀਰਿਆਂ ਦਾ ਹਾਰ ਲੈ ਕੇ ਬੱਚਾ ਬੜਾ ਖੁਸ਼ ਹੋਇਆ ਤੇ ਸੋਚਣ ਲੱਗਾ ਕਿ ਹੁਣ ਸਾਡੀ ਗਰੀਬੀ ਦੂਰ ਹੋ ਜਾਵੇਗੀ ਤੇ ਉਹ ਆਪਣੇ ਘਰ ਨੂੰ ਤੁਰ ਪਿਆ। ਤੁਰੇ ਜਾਂਦੇ ਨੂੰ ਰਸਤੇ ਵਿੱਚ ਬਹੁਤ ਜ਼ੋਰ ਦੀ ਪਿਸ਼ਾਬ ਲੱਗਾ ਤੇ ਉਹਨੇ ਆਪਣਾ ਹੀਰਿਆਂ ਦਾ ਹਾਰ ਇੱਕ ਪੱਥਰ ਤੇ ਰੱਖ ਕੇ ਇੱਕ ਪਾਸੇ ਉਹ ਪਿਸ਼ਾਬ ਕਰਨ ਚਲਾ ਗਿਆ। ਉਧਰੋਂ ਆਸਮਾਨ ਦੇ ਵਿੱਚ ਇੱਕ ਇੱਲੂ ਉੱਡਦੀ ਉਹਦੀ ਨਿਗਾਹ ਹੀਰਿਆਂ ਦੇ ਹਾਰ ਤੇ ਪੈ ਗਈ। ਉਹਨੂੰ ਲੱਗਿਆ ਕਿ ਕੋਈ ਭੋਜਨ ਆ ਤੇ ਉਹ ਹੀਰਿਆਂ ਦਾ ਹਾਰ ਲੈ ਕੇ ਉੱਡ ਗਈ। ਬੱਚੇ ਨੇ ਦੇਖਿਆ ਕਿ ਇੱਕ ਇੱਲ ਉਹਦਾ ਹੀਰਿਆਂ ਦਾ ਹਾਰ ਲੈ ਕੇ ਉੱਡੀ ਜਾ ਰਹੀ ਆ। ਉਹ ਉਹਦੇ ਪਿੱਛੇ ਭੱਜਣ ਲੱਗਾ ਪਰ ਉਹ ਉੱਚੀ ਉੱਡ ਗਈ ਤੇ ਉਸ ਬੱਚੇ ਦੀ ਅੱਖਾਂ ਤੋਂ ਓਹਲੇ ਹੋ ਗਈ। ਬੱਚਾ ਦੁਖੀ ਮਨ ਦੇ ਨਾਲ ਆਪਣੇ ਘਰ ਆ ਗਿਆ ਤੇ ਘਰ ਆ ਕੇ ਪਰਮਾਤਮਾ ਨੂੰ ਮਿਲਣ ਵਾਲੀ ਹੀਰਿਆਂ ਦੀ ਹਾਰ ਤੇ ਇੱਲ ਵਾਲੀ ਸਾਰੀ ਗੱਲਬਾਤ ਦੱਸੀ। ਪਰ ਉਹਦੀ ਮਾਂ ਨੇ ਯਕੀਨ ਨਹੀਂ ਕੀਤਾ ਕਿ ਇਹਨੂੰ ਪਰਮਾਤਮਾ ਕਿੱਦਾਂ ਮਿਲ ਸਕਦੇ ਆ, ਕਿੱਦਾਂ ਇਹਨੂੰ ਉਹ ਹੀਰਿਆਂ ਦਾ ਹਾਰ ਦੇ ਸਕਦੇ ਆ, ਇਹ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਂਦਾ। ਪਰ ਉਸ ਬੱਚੇ ਨੇ ਮਨ ਹੀ ਮਨ ਸੋਚ ਲਿਆ ਸੀ ਕਿ ਕੱਲ੍ਹ ਨੂੰ ਉਹ ਫਿਰ ਜੰਗਲ ਵਿੱਚ ਜਾ ਕੇ ਪਰਮਾਤਮਾ ਨੂੰ ਮਿਲੇਗਾ ਤੇ ਉਸ ਇੱਲ ਨੂੰ ਸਜ਼ਾ ਦਵਾਵੇਗਾ, ਕਿਉਂਕਿ ਉਹਨੂੰ ਪੂਰਾ ਯਕੀਨ ਸੀ ਕਿ ਪਰਮਾਤਮਾ ਉਸ ਇੱਲ ਨੂੰ ਸਜ਼ਾ ਜ਼ਰੂਰ ਦੇਣਗੇ ਤੇ ਉਹਦਾ ਹੀਰਿਆਂ ਦਾ ਹਾਰ ਉਹਨੂੰ ਵਾਪਸ ਲੈ ਕੇ ਦੇਣਗੇ। ਅਗਲੇ ਦਿਨ ਬੱਚਾ ਫਿਰ ਜੰਗਲ ਵਿੱਚ ਜਾ ਕੇ ਉਸੇ ਪੱਥਰ ਤੇ ਬੈਠ ਗਿਆ। ਉਧਰੋਂ ਬਾਬਾ ਜੀ ਦੇਵਤਿਆਂ ਦੇ ਨਾਲ ਸੈਰ ਕਰਦੇ ਕਰਦੇ ਉੱਧਰ ਨਿਕਲ ਆਏ ਤਾਂ ਉਹਨਾਂ ਨੇ ਕਿਹਾ, ਦੇਖੋ ਕੱਲ੍ਹ ਵਾਲਾ ਬੱਚਾ ਫਿਰ ਬੈਠਾ ਆ, ਇਹ ਤਾਂ ਬੜਾ ਸਾਹਸੀ ਤੇ ਬੜਾ ਹਿੰਮਤ ਵਾਲਾ ਆ। ਬਾਬਾ ਜੀ ਨੂੰ ਕਈ ਦੇਵਤੇ ਕਹਿਣ ਲੱਗੇ, ਅੱਜ ਤੁਸੀਂ ਇਹਨੂੰ ਫਿਰ ਕੁਝ ਨਾ ਕੁਝ ਜ਼ਰੂਰ ਦਿਓ। ਤਾਂ ਬਾਬਾ ਜੀ ਕਹਿਣ ਲੱਗੇ, ਨਹੀਂ ਹੁਣ ਨਹੀਂ ਅਸੀਂ ਇਹਨੂੰ ਕੁਝ ਦੇ ਸਕਦੇ, ਅਸੀਂ ਬ੍ਰਹਮਾ ਜੀ ਨੂੰ ਕਹਿੰਦੇ ਹਾਂ, ਉਹ ਇਹਨੂੰ ਕੁਝ ਨਾ ਕੁਝ ਜ਼ਰੂਰ ਦੇਣਗੇ। ਬਾਬਾ ਜੀ ਨੇ ਬ੍ਰਹਮਾ ਜੀ ਅੱਗੇ ਦੁਆ ਬੇਨਤੀ ਕੀਤੀ। ਬ੍ਰਹਮਾ ਜੀ ਉੱਥੇ ਹਾਜ਼ਰ ਹੋ ਗਏ ਤੇ ਬੱਚੇ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਇੱਕ ਹੀਰੇ ਦੀ ਅੰਗੂਠੀ ਉਹਨੂੰ ਦੇ ਦਿੱਤੀ। ਬੱਚਾ ਹੀਰੇ ਦੀ ਅੰਗੂਠੀ ਲੈ ਕੇ ਬੜਾ ਖੁਸ਼ ਹੋਇਆ ਤੇ ਆਪਣੀ ਉਂਗਲੀ ਵਿੱਚ ਪਾ ਕੇ ਘਰ ਨੂੰ ਵਾਪਸ ਤੁਰ ਪਿਆ। ਨਦੀ ਦੇ ਕਿਨਾਰੇ ਤੁਰਿਆ ਜਾ ਰਿਹਾ, ਉਹਨੂੰ ਪਿਆਸ ਲੱਗੀ। ਜਿੱਦਾਂ ਹੀ ਉਹਨੇ ਹੱਥ ਪਾਣੀ ਵਿੱਚ ਪਾਇਆ ਚੂਲੀ ਭਰਨ ਦੇ ਲਈ, ਇੱਦਾਂ ਹੀ ਉਹਦੀ ਹੀਰੇ ਦੀ ਮੁੰਦਰੀ ਪਾਣੀ ਵਿੱਚ ਡਿੱਗ ਪਈ ਤੇ ਉਹਨੂੰ ਇੱਕ ਮੱਛੀ ਨੇ ਖਾ ਲਿਆ। ਬੱਚਾ ਫਿਰ ਖਾਲੀ ਹੱਥੀ ਆਪਣੇ ਘਰ ਆ ਗਿਆ ਤੇ ਆ ਕੇ ਮਾਂ ਨੂੰ ਸਾਰੀ ਗੱਲਬਾਤ ਦੱਸੀ, ਪਰ ਮਾਂ ਨੇ ਫਿਰ ਵੀ ਉਹਦੀ ਗੱਲ 'ਤੇ ਯਕੀਨ ਨਹੀਂ ਕੀਤਾ। ਅਗਲੇ ਦਿਨ ਬੱਚਾ ਫਿਰ ਜੰਗਲ ਵਿੱਚ ਗਿਆ ਤੇ ਜਾ ਕੇ ਪਰਮਾਤਮਾ ਦੀ ਉਡੀਕ ਕਰਨ ਲੱਗ ਪਿਆ। ਉਧਰੋਂ ਬਾਬਾ ਜੀ ਨੇ ਦੇਖਿਆ ਕਿ ਇਹ ਬੱਚਾ ਫਿਰ ਜੰਗਲ ਵਿੱਚ ਬੈਠਾ। ਬਾਬਾ ਜੀ ਉਹਦੇ ਸਾਹਸ, ਉਹਦੀ ਹਿੰਮਤ ਤੇ ਉਹਦੀ ਲਗਨ ਤੋਂ ਬੜੇ ਖੁਸ਼ ਹੋਏ ਤੇ ਉਹਨਾਂ ਨੇ ਬ੍ਰਹਮਾ ਜੀ ਨੂੰ ਜਾ ਕੇ ਫਿਰ ਬੱਚੇ ਵਾਲੀ ਸਾਰੀ ਗੱਲਬਾਤ ਦੱਸੀ। ਇਹ ਸੁਣ ਕੇ ਬ੍ਰਹਮਾ ਜੀ ਕਹਿਣ ਲੱਗੇ, ਹੁਣ ਮੈਂ ਵੀ ਉਹਨੂੰ ਕੁਝ ਨਹੀਂ ਦੇ ਸਕਦਾ, ਹੁਣ ਉਹਨੂੰ ਵਿਸ਼ਨੂੰ ਭਗਵਾਨ ਹੀ ਕੁਝ ਦੇ ਸਕਦੇ ਆ। ਬਾਬਾ ਬਾਲਕ ਨਾਥ ਜੀ, ਬ੍ਰਹਮਾ ਜੀ ਵਿਸ਼ਨੂੰ ਭਗਵਾਨ ਕੋਲ ਗਏ ਤੇ ਜਾ ਕੇ ਬੱਚੇ ਦੀ ਸਾਰੀ ਗੱਲਬਾਤ ਦੱਸੀ। ਵਿਸ਼ਨੂੰ ਭਗਵਾਨ ਵੀ ਬੱਚੇ ਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋਏ ਤੇ ਬੱਚੇ ਕੋਲ ਆ ਕੇ ਉਹਨੂੰ ਕਈ ਹੀਰੇ ਦਿੱਤੇ। ਹੁਣ ਬੱਚਾ ਸਿੱਧਾ ਹੀ ਆਪਣੇ ਘਰ ਨੂੰ ਤੁਰ ਪਿਆ। ਉਹ ਰਸਤੇ 'ਚ ਕਿਤੇ ਨਹੀਂ ਰੁਕਣਾ ਚਾਹੁੰਦਾ ਸੀ, ਕਿਉਂਕਿ ਪਹਿਲਾਂ ਵੀ ਦੋ ਵਾਰ ਉਹਦੀਆਂ ਚੀਜ਼ਾਂ ਗਵਾ ਚੁੱਕੀਆਂ ਸੀ। ਉਹ ਸਿੱਧਾ ਆਪਣੇ ਘਰ ਆਇਆ, ਮਾਂ ਨੂੰ ਹਾਕਾਂ ਮਾਰੀਆਂ, ਪਰ ਮਾਂ ਘਰ ਵਿੱਚ ਨਹੀਂ ਸੀ।
ਬੱਚਾ ਘਰ ਦੇ ਵਿੱਚ ਹੀਰੇ ਲੁਕੋ ਕੇ ਮਾਂ ਨੂੰ ਲੱਭਣ ਚਲਾ ਗਿਆ। ਉਧਰੋਂ ਰੱਬ ਦੀ ਐਸੀ ਮਰਜ਼ੀ, ਦੋ ਚੋਰ ਉਹਦੇ ਘਰ ਵਿੱਚ ਆਏ ਤੇ ਉਹਦੇ ਹੀਰੇ ਚੋਰੀ ਕਰਕੇ ਲੈ ਗਏ। ਉਧਰੋਂ ਬੱਚਾ ਜਦੋਂ ਆਪਣੀ ਮਾਂ ਦੇ ਨਾਲ ਘਰ ਆਇਆ, ਆ ਕੇ ਹੀਰੇ ਲੱਭਣ ਲੱਗਾ ਤਾਂ ਉਹਨੂੰ ਹੀਰੇ ਨਾ ਲੱਭੇ। ਉਹਨੇ ਆਪਣੀ ਮਾਂ ਨੂੰ ਹੀਰਿਆਂ ਵਾਲੀ ਸਾਰੀ ਗੱਲਬਾਤ ਦੱਸੀ। ਉਹਦੀ ਮਾਂ ਨੇ ਫਿਰ ਵੀ ਯਕੀਨ ਨਹੀਂ ਕੀਤਾ, ਪਰ ਉਹ ਬੱਚੇ ਨੂੰ ਪਰਮਾਤਮਾ ਤੇ ਯਕੀਨ ਸੀ। ਅਗਲੇ ਦਿਨ ਉਹ ਬੱਚਾ ਫਿਰ ਜੰਗਲ ਵਿੱਚ ਜਾ ਕੇ ਬਹਿ ਗਿਆ ਤਾਂ ਬਾਬਾ ਜੀ ਫਿਰ ਉਹਦੀ ਹਿੰਮਤ ਦੇਖ ਕੇ, ਉਹਦੀ ਲਗਨ ਤੇ ਉਹਦਾ ਵਿਸ਼ਵਾਸ ਦੇਖ ਕੇ ਬੜੇ ਖੁਸ਼ ਹੋਏ ਤੇ ਫਿਰ ਉਹ ਸਿੱਧੇ ਹੀ ਕਿਸਮਤ ਦੀ ਦੇਵੀ ਕੋਲ ਗਏ ਤੇ ਜਾ ਕੇ ਉਸ ਬੱਚੇ ਬਾਰੇ ਸਾਰੀ ਗੱਲਬਾਤ ਦੱਸੀ ਤੇ ਕਿਹਾ, ਇੱਦਾਂ ਦਾ ਮਿਹਨਤੀ, ਵਿਸ਼ਵਾਸੂ, ਲਗਨ ਵਾਲਾ, ਹਿੰਮਤ ਵਾਲਾ ਬੱਚਾ ਕਦੇ ਅਭਾਗਾ ਨਹੀਂ ਹੋ ਸਕਦਾ, ਤੁਸੀਂ ਇਹਨੂੰ ਕੁਝ ਨਾ ਕੁਝ ਜ਼ਰੂਰ ਦਿਓ। ਹੁਕਮ ਪਾ ਕੇ ਕਿਸਮਤ ਦੀ ਦੇਵੀ ਉਸ ਬੱਚੇ ਦੇ ਕੋਲ ਗਈ ਤੇ ਜਾ ਕੇ ਉਹਨੂੰ ਇੱਕ ਸੋਨੇ ਦਾ ਸਿੱਕਾ ਦੇ ਦਿੱਤਾ। ਉਸ ਸੋਨੇ ਦੇ ਸਿੱਕੇ ਦੇ ਨਾਲ ਉਸ ਬੱਚੇ ਨੇ ਇੱਕ ਮੱਛੀ ਖਰੀਦੀ ਤੇ ਆਪਣੇ ਘਰ ਆ ਗਿਆ। ਘਰ ਆ ਕੇ ਉਹਨੇ ਮੱਛੀ ਆਪਣੀ ਮਾਂ ਨੂੰ ਦਿੱਤੀ ਤੇ ਕਿਹਾ, ਮਾਂ ਅੱਜ ਇਹ ਮੱਛੀ ਬਣਾ ਲਾ। ਜਿੱਦਾਂ ਹੀ ਮੱਛੀ ਬਣਾਉਣ ਲਈ ਉਹਦੀ ਮਾਂ ਨੇ ਮੱਛੀ ਨੂੰ ਕੱਟਿਆ, ਉਹਦੇ ਵਿੱਚੋਂ ਹੀਰੇ ਦੀ ਅੰਗੂਠੀ ਮਿਲ ਗਈ। ਹੀਰੇ ਦੀ ਅੰਗੂਠੀ ਦੇਖ ਕੇ ਉਹਦੀ ਮਾਂ ਬੜੀ ਖੁਸ਼ ਹੋਈ। ਅਗਲੇ ਦਿਨ ਉਹ ਬੱਚਾ ਖੇਡਦਾ ਖੇਡਦਾ ਜੰਗਲ ਵੱਲੋਂ ਚਲੇ ਗਿਆ। ਖੇਡਦਾ ਖੇਡਦਾ ਥੱਕ ਗਿਆ ਤੇ ਇੱਕ ਦਰਖਤ ਦੇ ਥੱਲੇ ਬੈਠ ਗਿਆ। ਜਿੱਦਾਂ ਹੀ ਉਹਦੀ ਨਿਗਾਹ ਉੱਪਰ ਦਰਖਤ ਤੇ ਪਈ, ਉਹਨੂੰ ਉਹੀ ਹੀਰਿਆਂ ਦਾ ਹਾਰ ਚਮਕਦਾ ਨਜ਼ਰ ਆਇਆ, ਕਿਉਂਕਿ ਉਹ ਇੱਲ ਇਸ ਹਾਰ ਨੂੰ ਲੈ ਕੇ ਇਸੇ ਦਰਖਤ ਤੇ ਆਈ ਸੀ, ਉਹਦਾ ਆਲਣਾ ਇਸੇ ਦਰਖਤ ਤੇ ਸੀ। ਬੱਚਾ ਦਰਖਤ ਤੇ ਚੜ੍ਹਿਆ ਤੇ ਆਪਣਾ ਹੀਰਿਆਂ ਦਾ ਹਾਰ ਲਾ ਕੇ ਘਰ ਨੂੰ ਆ ਗਿਆ ਤੇ ਲਿਆ ਕੇ ਆਪਣੀ ਮਾਂ ਨੂੰ ਦਿੱਤਾ। ਉਹਦੀ ਮਾਂ ਵੀ ਹੁਣ ਸੋਚਣ ਲੱਗੀ ਕਿ ਮੇਰਾ ਬੱਚਾ ਬਿਲਕੁਲ ਸੱਚ ਬੋਲਦਾ ਸੀ, ਪਰਮਾਤਮਾ ਨੇ ਇਹਦੀ ਮਿਹਨਤ ਦਾ ਫਲ ਇਹਨੂੰ ਦੇ ਦਿੱਤਾ। ਉੱਧਰ ਅਗਲੀ ਰਾਤ ਚੋਰ ਸੁੱਤੇ ਪਏ ਆ। ਚੋਰਾਂ ਦੇ ਸੁਪਨੇ ਵਿੱਚ ਬਾਬਾ ਜੀ ਨੇ ਆ ਕੇ ਸਖ਼ਤ ਚੇਤਾਵਨੀ ਦਿੱਤੀ ਕਿ ਬੰਦੇ ਦੇ ਪੁੱਤ ਬਣ ਕੇ ਹੀਰੇ ਉਸ ਬੱਚੇ ਦੇ ਘਰ ਰੱਖ ਕੇ ਆਓ। ਅਗਲੇ ਦਿਨ ਚੋਰ ਉਹਨਾਂ ਨੂੰ ਹੀਰੇ ਮੋੜ ਗਏ। ਹੁਣ ਉਹਨਾਂ ਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਸੀ, ਸਦਾ ਸਦਾ ਦੇ ਲਈ ਉਹਨਾਂ ਦੀ ਗਰੀਬੀ ਖਤਮ ਹੋ ਚੁੱਕੀ ਸੀ। ਮਿਹਨਤ, ਲਗਨ, ਹੁਸ਼ਿਆਰੀ, ਜਜ਼ਬਾ, ਯਕੀਨ, ਸਬਰ, ਵਿਸ਼ਵਾਸ ਦੇ ਨਾਲ ਇੱਕ ਅਭਾਗੇ ਬੱਚੇ ਨੇ ਆਪਣੀ ਕਿਸਮਤ ਬਦਲ ਲਈ। ਜੇਕਰ ਅਸੀਂ ਵੀ ਵਿਸ਼ਵਾਸ ਕਰੀਏ, ਮਿਹਨਤ ਕਰੀਏ, ਅੱਗੇ ਵਧੀਏ ਹੌਸਲੇ ਦੇ ਨਾਲ, ਆਪਣੇ ਪੀਰੋ ਮੁਰਸ਼ਦ ਤੇ ਪਰਮਾਤਮਾ ਤੇ ਯਕੀਨ ਰੱਖੀਏ ਤਾਂ ਅਸੀਂ ਵੀ ਆਪਣੇ ਸੁੱਤੇ ਭਾਗਾਂ ਨੂੰ ਜਗਾ ਸਕਦੇ, ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ ਤੇ ਸਦਾ ਦੇ ਲਈ ਅਮੀਰ ਹੋ ਸਕਦੇ ਹਾਂ।